ਹਾਂਜੀ ਵੀਰੋ ਸਤਿ ਸ਼੍ਰੀ ਅਕਾਲ ਜੀ, ਅੱਜ ਆਪਾਂ ਲੈ ਕੇ ਆਏਗੇ 10-10 ਦੀਆਂ ਹਾਈਡ੍ਰੋਲਿਕ ਤਵੀਆਂ ਟੌਪ ਮਾਡਲ ਦੇ ਵਿੱਚ। ਹੈਵੀ ਡਿਊਟੀ ਜੈੱਕ ਲੱਗਿਆ ਫਰੰਟ 'ਤੇ ਜੀ, ਔਰ ਮੇਨ ਫਰੇਮ ਦੀ ਗੱਲ ਕਰੀਏ ਤਾਂ 100x100 ਦਾ 4 ਇੰਚੀ ਫਰੇਮ ਲੱਗਿਆ ਜੀ। ਡਬਲ ਗੈਂਡੇ ਦੇ ਤਵੇ ਪਏ ਨੇ ਯੂਨੀਵਰਸਲ ਦੇ, ਤੁਸੀਂ ਹੋਰ ਕੰਪਨੀ ਦੇ ਪਵਾਉਣੇ ਕੋਈ ਤੁਹਾਡੀ ਚੋਇਸ ਆ। ਸਪੂਲ ਵਿੱਚ ਪਏ ਨੇ, ਨਵੇਂ ਡਿਜ਼ਾਈਨ ਦੇ ਪਏ ਨੇਗੇ ਜਿਵੇਂ ਤੁਸੀਂ ਅਕਸਰ ਪਹਿਲਾਂ ਦੇਖਦੇ ਹੋ। ਦੋਨਾਂ ਬੰਨੇ ਇਹਦੇ ਸਟੈਂਡ ਆ ਗਏ ਜੀ, ਅਤੇ ਔਰ ਨਾਲ ਦੀ ਨਾਲ ਇਹਦੇ ਵਿੱਚ ਬੈੱਡ ਬਣਾਏ ਹੋਏ ਆ ਸਾਈਡ 'ਤੇ, ਉਹ ਤੁਹਾਡੀ ਮਰਜ਼ੀ ਆ ਲਵਾਉਣੇ ਨਹੀਂ ਲਵਾਉਣੇ, ਵੀਰਾਂ ਦੀ ਚੋਇਸ ਸੀਗੀ, ਇਹਨਾਂ ਨੇ ਲਵਾਏ ਸੀਗੇ। ਬਾਕੀ 9 ਨੰਬਰ ਦੇ ਬੈਰਿੰਗ ਨੇ ਇਹਦੇ ਵਿੱਚ, ਨਵੇਂ ਬੈਰਿੰਗ ਹੁੰਦੇ ਆਪਣੇ, 9 ਨੰਬਰ ਦੇ ਹੱਬਾਂ ਲੱਗੀਆਂ ਹੋਈਆਂ, ਡਬਲ ਬੈਰਿੰਗ ਹੁੰਦੇ ਆ ਜੀ। ਵੀਰਾਂ ਨੇ ਟਾਇਰ ਜਿਹੜਾ ਹਿੱਸਾ ਗਾ ਬਹੁਤ ਵਧੀਆ ਪਵਾਇਆ ਗਾ, ਸੋਹਣਾ ਲੱਗਦਾ, ਚੌੜਾ ਅਤੇ ਚੰਗੀ ਗੁੱਡੀ, ਸੋਹਣੀ ਲੱਗਦੀ ਆ ਗੁੱਡੀ। ਹਾਈਡ੍ਰੋਲਿਕ ਦੇ ਨਾਲ ਹੀ ਇਹ ਜਿਹੜਾ ਆਪਣਾ ਕਹਿ ਦਈਏ ਵੀ ਹਿੱਸਾ ਚੱਕਿਆ ਜਾਣਾ ਗਾ, ਅਤੇ ਹਾਈਡ੍ਰੋਲਿਕ ਨਾਲ ਹੀ ਤਵੀਆਂ ਖੁੱਲ੍ਹ ਜਾਣੀਆਂ ਨੇਗੀਆਂ। ਰਿਫਲੈਕਟਰ ਆ ਗਏ ਦੋਵਾਂ ਸਾਈਡਾਂ 'ਤੇ ਜੀ, ਸਰ ਨੇ ਪਲੇਟਾਂ ਪਈਆਂ ਨੇ ਲਵਾਈਆਂ ਸੀਗੀਆਂ, ਦੋਨਾਂ ਸਾਈਡਾਂ ਲਾਈਆਂ ਨੇ ਆਪਾਂ। ਇੱਕ ਤਵਾ ਬਾਹਰ ਆ ਗਿਆ ਜੀ, ਬਟਨ ਹੱਬ ਨਹੀਂ ਲੱਗਦੀ, ਅਤੇ ਇੱਕ ਆਹ ਆਪਣਾ ਬੈੱਡ ਆ ਗਿਆ, ਇਹਦੇ ਵੇਟ ਰੱਖ ਲਓ ਤੁਸੀਂ ਜੇ ਰੱਖਣਾ ਚਾਹੁੰਦੇ ਹੋਗੇ। ਇਹਦੇ ਵਿੱਚ ਸ਼ਾਫਟਾਂ ਪਾਈਆਂ ਵੀਰਾਂ ਨੇ, ਤੁਸੀਂ ਪੈਪ ਦਾ ਜਾਂ ਜਿਵੇਂ ਵੀ ਤੁਹਾਡੀ ਚੋਇਸ ਹੋਵੇ ਤੁਸੀਂ ਕਰਾ ਸਕਦੇ ਹੋਗੇ, ਬਿਲਕੁਲ ਜੈਨੂਇਨ ਪ੍ਰਾਈਸ 'ਤੇ ਤੁਹਾਨੂੰ ਮਿਲਣਗੇ ਤਵੀਆਂ, ਤੁਸੀਂ ਕਾਲ ਕਰਕੇ ਰੇਟ ਬਾਰੇ ਜਾਣਕਾਰੀ ਲੈ ਸਕਦੇ ਹੋਗੇ। ਅਤੇ ਜਿਹੜੀ ਹੁੱਕ ਆ ਇਹ ਐਡਜਸਟੇਬਲ ਆ ਆਪਣੀ, ਖਾਲੀ 'ਚ ਰੱਖਣਾ ਟਾਇਰ ਖਾਲੀ ਤੋਂ ਬਾਹਰ ਕਰਨਾ ਗਾ, ਹੈ ਨਾ, ਆਹ ਕਿੱਲੀ ਕੱਢ ਕੇ ਤੁਸੀਂ ਇਹਨੂੰ ਹੁੱਕ ਨੂੰ ਵੱਟ ਸਕਦੇ ਹੋ ਥੋੜ੍ਹੀ ਬਹੁਤੀ ਆਊਟ ਕਰਕੇ, ਅਤੇ ਇਹਨੂੰ ਟਾਇਰ ਖਾਲੀ 'ਚ ਰੱਖਣਾ ਜਾਂ ਨਹੀਂ ਰੱਖਣਾ ਉਹ ਤੁਸੀਂ ਇੱਥੋਂ ਐਡਜਸਟ ਕਰ ਸਕਦੇ ਹੋ। ਇਹ ਖਾਸੀਅਤ ਆਪਣੀ ਤਵੀਆਂ ਦੀ, ਰੈਲੀਆਂ ਇੰਨੀਆਂ ਨੇ ਇਹ, ਚਾਹੇ ਤੁਸੀਂ 735 ਮਗਰ ਪਾ ਲਿਓ, 800 ਮਗਰ 855 ਮਗਰ ਪਾ ਲਿਓ, 20 ਤਵੀਆਂ ਇੰਨੀਆਂ ਲਾਗੂ ਹੋਣਗੀਆਂ ਜੀ ਇਹ। ਮਤਲਬ ਇਹਦੀ ਬਣਤਰੀ ਡਿਜ਼ਾਇਨਿੰਗ ਇਹਦੀ ਇੱਦਾਂ ਦੀ ਰੱਖੀ ਹੋਈ ਹੈਗੀ ਕਿ ਰੈਲੀਆਂ ਚੱਲਦੀਆਂ ਨੇ, ਸ਼ੁੱਧ ਚੱਲਦੀਆਂ ਨੇਗੀਆਂ। ਠੀਕ ਆ, ਓਕੇ ਆ, ਠੀਕ ਆ ਜੀ। ਵੀਡੀਓ ਨੂੰ ਸ਼ੇਅਰ ਕਰਿਓ ਵੀਰੋ, ਅਤੇ ਲਾਈਕ ਕਰਿਓ, ਸਪੋਰਟ ਕਰਦੇ ਰਹੋ, ਇੱਦਾਂ ਪਿਆਰ ਦਿੰਦੇ ਰਹੋ, ਜੁੜੇ ਰਹੋ। ਸਤਿ ਸ਼੍ਰੀ ਅਕਾਲ ਜੀ, ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ, ਰੱਬ ਰੱਖਾ।